ਦੇਖੋ এবੀਪੀ ਸੰਜਾ ਡਾਟਾਸਕਾਈ ਚੈਨਲ ਨੰਬਰ 19298 ਕੀ ਤੂਰੀ ਪੰਜਾਬ ਦੀ ਸਿਆਸਤ ਦਾ ਤੁਰਾ ਬਣੇਗੀ ਇਹ ਤੈ ਹੋਏਗਾ 10 ਮਾਰਚ ਨੂੰ ਪਰ ਫਿਲਹਾਲ ਜੋ ਹੈ ਪ੍ਰਚਾਰ ਚੱਲ ਰਿਹਾ ਹੈ ਜੋ ਉਮੀਦਵਾਰ ਨੇ ਉਹ ਨਿਕਲੇ ਹੋਏ ਨੇ ਵੋਟ ਮੰਗ ਰਹੇ ਨੇ ਪਰ ਤੂਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਉਮੀਦਵਾਰ ਐਲਾਨੇ ਗਏ ਨੇ ਉਹ ਸੀਐਮ ਫੇਸ ਵੀ ਨੇ ਭਗਵੰਤ ਮਾਨ ਨੇ ਉਹਨਾਂ ਨੂੰ ਕੌਣ ਨਹੀਂ ਜਾਣਦਾ ਪਰ ਭਰਾ ਨੂੰ ਵੱਡੀ ਜ਼ਿੰਮੇਵਾਰੀ ਮਿਲੀ ਹੋਈ ਹੈ ਇਸ ਲਈ ਉਹਨਾਂ ਆਪਣੇ ਭਰਾ ਦੀ ਮਦਦ ਕਰਨ ਦੇ ਲਈ ਉਹਨਾਂ ਦੇ ਜੋ ਪੈਨ ਨੇ ਮਨਪ੍ਰਿਤ ਕਰ ਉਹ ਨਿਕਲੇ ਹੋਏ ਨੇ ਪ੍ਰਚਾਰ ਕਰ ਰਹੇ ਨੇ ਸਭ ਤੋਂ ਪਹਿਲਾਂ ਤੇ ਇਹ ਜਾਣਾਂਗੇ ਕਿ ਇਹੋ ਜਿਹਾ ਹੁਗਾਰਾ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਜੀ ਸਿੱਟਣਾ ਜੁਣ ਲਈ ਬਹੁਤ ਵਧੀਆ ਕਿਉਂਕਿ ਪਿੰਡਾਂ ਚ ਜਾ ਰਹੇ ਆ ਲੋਕੀ ਫੁੱਲਾਂ ਨਾਲ ਸਾਡੀ ਸਾਡਾ ਸਵਾਗਤ ਕਰ ਰਹੇ ਨੇ ਇਹ ਮਤਲਬ ਇੱਕ ਲੀਡਰ ਵਾਸਤੇ ਇਹ ਪਹਿਲੀ ਵਾਰ ਦੇਖਿਆ ਹੋਊਗਾ ਤੁਸੀਂ ਨੇ ਕਿ ਆਮ ਲੋਕ ਪਿੰਡਾਂ ਦੇ ਕੋਈ ਉਹ ਸਾਡੇ ਕੋਈ ਰਿਸ਼ਤੇਦਾਰ ਜਾਂ ਕੋਈ ਸਾਡੇ ਕੋਈ ਇਹ ਨਹੀਂ ਹੈਗਾ ਅਸੀਂ ਸਪੈਸ਼ਲ ਕੋਈ ਉੱਥੇ ਉਹ ਕੀਤਾ ਹੋਇਆ ਹੁੰਦਾ ਸਾਰਾ ਪਿੰਡ ਨਿਕਲ ਕੇ ਬਾਹਰ ਆ ਰਿਹਾ ਹੈ ਇਹ ਰਾਜਨੀਤੀ ਲਈ ਬਹੁਤ ਵਧੀਆ ਜਿਵੇਂ ਕਹਿੰਦੇ ਇੱਕ ਸੰਕੇਤ ਹੈ ਹੁਣ ਕਿ ਲੋਕ ਆਪ ਮੁਹਾਰੇ ਆ ਰਹੇ ਤੁਸੀਂ ਕਹਿ ਰਹੇ ਕਿ ਲੋਕ ਆਪ ਮੁਹਾਰੇ ਆ ਰਹੇ ਤੁਹਾਨੂੰ ਕੀ ਲੱਗ ਰਿਹਾ ਕਿ ਐਸੀ ਕੀ ਖਾਸੀਅਤ ਹੈ ਤੁਹਾਡੇ ਭਰਾ ਦੇ ਵਿੱਚ ਜਿਹੜੇ ਉਹ ਖੁਦ ਹੀ ਬਾਹਰ ਆ ਰਹੇ ਨੇ ਉਹ ਉਹਨਾਂ ਦੀ ਇਮਾਨਦਾਰੀ ਹੈ ਪਹਿਲਾਂ ਦਾ 20 ਸਾਲ ਦਾ ਜਿਹੜਾ ਉਹਨਾਂ ਦਾ ਕੈਰੀਅਰ ਸੀ ਉਹਦੇ 'ਚ ਵੀ ਉਹਨਾਂ ਨੇ ਲੋਕਾਂ ਦੇ ਦੁੱਖਾਂ ਤਕਲੀਫਾਂ ਨੂੰ ਭਲਾ ਕੇ ਹਸਾਉਣ ਦੀ ਕੋਸ਼ਿਸ਼ ਕੀਤੀ ਹੈ ਹੁਣ ਜਿਹੜਾ ਰਾਜਨੀਤੀ ਵਾਲਾ ਹੈ 8 ਸਾਲ ਹੋ ਗਏ ਉਹਨਾਂ ਨੂੰ ਰਾਜਨੀਤੀ ਚ ਆਇਆਂ ਨੂੰ ਉਹਨਾਂ ਨੇ ਕਿਸੇ ਨੂੰ ਰੁਆਇਆ ਨਹੀਂ ਕਿਸੇ ਤੇ ਝੂਠੇ ਪਰਚੇ ਨਹੀਂ ਪਵਾਏ ਜਾਂ ਕਿਸੇ ਦੀਆਂ ਪ੍ਰਾਪਰਟੀਆਂ ਨਹੀਂ ਉਹਨਾਂ ਨੇ ਹਿੱਸੇ ਪਾਏ ਉਹਨਾਂ ਨੇ ਸਿਰਫ ਦੁੱਖਾਂ ਤਕਲੀਫਾਂ 'ਚ ਹਿੱਸਾ ਪਾਇਆ ਹੈ ਇਹੀ ਕਾਰਨ ਹੈ ਕਿ ਲੋਕ ਸਾਨੂੰ ਇੰਨਾ ਪਿਆਰ ਦੇ ਰਹੇ ਨੇ ਤੁਸੀਂ ਦੁੱਖਾਂ ਤਕਲੀਫਾਂ ਦੀ ਗੱਲ ਕੀਤੀ ਹੈ ਤੇ ਆਪਾਂ ਹੁਣੇ ਹਲਕੇ ਦੇ ਵਿੱਚ ਜਦੋਂ ਗਏ ਤੇ ਨਸ਼ੇ ਦਾ ਇੱਕ ਵੱਡਾ ਮਸਲਾ ਸੀ ਇੱਕ ਬੀਬੀ ਗੱਲ ਕਰਦੇ ਕਰਦੇ ਰੋਣ ਲੱਗ ਗਏ ਤੇ ਇੰਨਾ ਦਰਦ ਹੈ ਜਦੋਂ ਇੰਨੀ ਤਕਲੀਫ ਹੈ ਤੇ ਜਿਹੜੇ ਅਜਿਹੇ ਹਾਲਾਤ ਨੇ ਇਹਨਾਂ ਨੂੰ ਨਜਿੱਠਣ ਦੇ ਲਈ ਤੁਹਾਡੇ ਕੋਲ ਮਤਲਬ ਕੀ ਰੋਡ ਮੈਪ ਹੈ ਕਿਵੇਂ ਤੁਸੀਂ ਇਸ ਜਿਹੜਾ ਮੁਸ਼ਕਲ ਨੂੰ ਦੂਰ ਕਰੋਗੇ ਸਭ ਤੋਂ ਪਹਿਲਾਂ ਤਾਂ ਪੜ੍ਹਾਈ ਹੈ ਜੇ ਬੱਚਾ ਪੜ੍ਹੂਗਾ ਉਹ ਕਾਬਿਲ ਬਣੂਗਾ ਰੋਜ਼ਗਾਰ ਮਿਲੂਗਾ ਤੇ ਤੁਸੀਂ ਨੇ ਕਦੇ ਇਹ ਸੁਣਿਆ ਹੈ ਵੀ ਬੰਦਾ ਨੌਕਰੀ ਵੀ ਕਰਦਾ ਹੈ ਜਾਂ ਆਪਣਾ ਕੰਮ ਵੀ ਕਰਦਾ ਹੈ ਤੇ ਉਹ ਨਸ਼ਾ ਵੀ ਕਰਦਾ ਹੈ ਕਿਉਂਕਿ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ ਦੂਜੀ ਗੱਲ ਜਦੋਂ ਵਧੀਆ ਸਰਕਾਰ ਹੁੰਦੀ ਹੈ ਉਹ ਜਿਹੜੀਆਂ ਸਾਡੀਆਂ ਜ਼ਰੂਰਤਾਂ ਨੇ ਮੇਨ ਬੁਨਿਆਦੀ ਲੋੜਾਂ ਸਾਡੀਆਂ ਪੂਰੀਆਂ ਹੋਣਗੀਆਂ ਕਰਜ਼ੇ ਤੋਂ ਵੀ ਬਚਾਂਗੇ ਤਾਂ ਇਹ ਸਾਰਾ ਕੁਝ ਇੱਕ ਦੂਸਰੇ ਨਾਲ ਇਹ ਨਾ ਚੇਨ ਬਣੀ ਹੋਈ ਹੈ ਜਦੋਂ ਸਿਸਟਮ ਸਹੀ ਹੋਊਗਾ ਰਿਸ਼ਬਤ ਖੋਰੀ ਬੰਦ ਹੋਊਗੀ ਜਿਹੜੀ ਅਫਸ਼ਰ ਸਾਹੀ ਹੈ ਉਹ ਬੰਦ ਹੋਊਗੀ ਤਾਂ ਫਿਰ ਉੱਥੋਂ ਵਧੀਆ ਹੀ ਉਹਦੇ ਰਿਜ਼ਲਟ ਨਿਕਲ ਕੇ ਆਉਣਗੇ ਬਿਲਕੁਲ ਸੀਐਮ ਫੇਸ ਹੈ ਜਿਹੜਾ ਉਹਨਾਂ ਨੂੰ ਐਲਾਨ ਦਿੱਤਾ ਗਿਆ ਜੇ ਲੋਕਾਂ ਨੇ ਹੰਗਾਰਾ ਦਿੱਤਾ ਮੰਨ ਲਓ ਕਿ ਜੇ ਲੋਕਾਂ ਨੇ ਨਵਾਜ਼ ਦਿੱਤਾ ਇਸ ਜ਼ਿੰਮੇਵਾਰੀ ਦੇ ਨਾਲ ਖੁਦ ਤੁਸੀਂ ਕੀ ਚਾਹੁੰਦੇ ਹੋ ਕਿਹੜਾ ਅਜਿਹਾ ਮਸਲਾ ਹੈ ਜਿਹੜਾ ਅਗਰ ਤੁਹਾਡੇ ਪ੍ਰਾਪ ਮੁੱਖ ਮੰਤਰੀ ਬੰਦੇ ਨੇ ਕਿਹੜਾ ਪੰਜਾਬ ਦਾ ਐਸਾ ਮਸਲਾ ਹੈ ਜੋ ਤੁਸੀਂ ਚਾਹੁੰਦੇ ਕਿ ਸਭ ਤੋਂ ਪਹਿਲਾਂ ਹੱਲ ਹੋ ਜਾਏ ਦੇਖੋ ਜੀ ਮਸਲੇ ਤਾਂ ਸਾਰੇ ਹੀ ਨੇ ਸਾਰੇ ਜ਼ੀਰੋ ਤੇ ਆ ਬਿਲਕੁਲ ਇਸ ਟਾਈਮ ਤੇ ਚਾਹੇ ਉਹ ਪੜ੍ਹਾਈ ਹੈ ਚਾਹੇ ਉਹ ਦਵਾਈ ਹੈ ਚਾਹੇ ਰੋਜ਼ਗਾਰ ਦਾ ਮਸਲਾ ਹੈ ਖੇਤੀ ਕਾਟੇ ਦਾ ਵਪਾਰ ਹੋਈ ਪਈ ਹੈ ਦੁਕਾਨਾਂ ਦੁਕਾਨਦਾਰਾਂ ਦੀਆਂ ਬੰਦ ਨੇ ਫੈਕਟਰੀਆਂ ਬਾਹਰਲੇ ਸੂਬਿਆਂ ਚ ਜਾ ਰਹੀਆਂ ਨੇ ਜੀਆਂ ਰੋਜ਼ਗਾਰ ਦੇ ਜਿਹੜੇ ਸਾਧਨ ਨੇ ਉਹ ਠੱਪ ਹੋਏ ਪਏ ਨੇ ਤੇ ਬੱਚੇ ਜਾਜਾਂ ਦੇ ਜਾਜ ਪਰ ਫਰ ਕੇ ਲੋਕ ਕਰਜ਼ਾ ਲੈ ਕੇ ਬਾਹਰ ਭੇਜ ਰਹੇ ਨੇ ਬਿਲਕੁਲ ਤੁਸੀਂ ਕਹਿ ਰਹੇ ਕਿ ਮਸਲੇ ਬਹੁਤ ਨੇ ਪਰ ਮੈਂ ਇਹ ਜਾਨਣਾ ਚਾਹਨੀ ਕਿ ਤੁਹਾਨੂੰ ਕੀ ਲੱਗਦਾ ਕਿਹੜਾ ਇੱਕ ਵੱਡਾ ਮਸਲਾ ਜਿਹੜਾ ਤੁਸੀਂ ਕਹੋਗੇ ਕਿ ਮੁੱਖ ਮੰਤਰੀ ਬੰਦੇ ਸਾਰੀ ਇਹ ਹੱਲ ਹੋਣਾ ਚਾਹੀਦਾ ਸਾਰੇ ਹੀ ਸ਼ੁਰੂ ਹੋਣਗੇ ਮਤਲਬ ਸਾਰਿਆਂ ਦੇ ਲਈ ਕੰਮ ਸ਼ੁਰੂ ਹੋਊਗਾ ਪੜਾਈ ਹੋਊਗੀ ਪਹਿਲਾਂ ਤਾਂ ਸਕੂਲ ਬਣਨਗੇ ਟੀਚਰ ਕਿਉਂਕਿ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ ਹੁੰਦਾ ਜਦੋਂ ਸਕੂਲ ਬਣਨਗੇ ਤਾਂ ਉਹਨਾਂ ਨੂੰ ਟੀਚਰ ਚਾਹੀਦੇ ਹੋਣਗੇ ਜਿਹੜੇ ਬੇਰੁਜ਼ਗਾਰ ਘੁੰਮ ਰਹੇ ਨੇ ਉਹਨਾਂ ਨੂੰ ਨੌਕਰੀ ਮਿਲੂਗੀ ਹਸਪਤਾਲ ਬਣਨਗੇ ਤਾਂ ਡਾਕਟਰ ਚਾਹੀਦੇ ਹੁੰਦੇ ਐ ਮਰੀਜ਼ ਨੂੰ ਦਵਾਈ ਦੇਣ ਲਈ ਜਾਂ ਉਥੇ ਜਿਹੜਾ ਵੀ ਉਥੇ ਇਹਨੇ ਮੁਲਾਜ਼ਮ ਰੱਖੇ ਜਾਣਗੇ ਸੋ ਦਵਾਈ ਪੜਾਈ ਤੇ ਜਿਹੜਾ ਹੈਗਾ ਰੋਜ਼ਗਾਰ ਤੇ ਦੂਸਰੀ ਗੱਲ ਰਿਸ਼ਵਤ ਬੰਦ ਹੋਊਗੀ ਸਭ ਤੋਂ ਪਹਿਲਾਂ ਕਿਉਂਕਿ ਇੰਨੀ ਜਿਆਦਾ ਲੁੱਟ ਹੋ ਰਹੀ ਹੈ ਨਾ ਲੋਕਾਂ ਦੀ ਮਤਲਬ ਲੋਕਾਂ ਨੂੰ ਇਹ ਲੱਗ ਰਿਹਾ ਹੈਗਾ ਵੀ ਜੇ ਕਿਸੇ ਨੂੰ ਕੋਈ ਕੰਮ ਪੈ ਗਿਆ ਕਿਤੇ ਥਾਣੇ 'ਚ ਕਚਹਿਰੀ 'ਚ ਜਾਂ ਕਿਤੇ ਵੀ ਸਰਕਾਰੀ ਦਫ਼ਤਰ 'ਚ ਤਾਂ ਪਹਿਲਾਂ ਉਹਨੂੰ ਪੈਸੇ ਮੰਗੇ ਜਾਂਦੇ ਨੇ ਉਸ ਚੀਜ਼ ਦੇ ਤਾਂ ਇਹ ਚੀਜ਼ਾਂ ਪਹਿਲਾਂ ਬੰਦ ਹੋਣਗੀਆਂ ਰਿਸ਼ਵਤ ਬੰਦ ਹੋਊਗੀ ਤਾਂ ਸਾਰਾ ਸਿਸਟਮ ਸਹੀ ਚੱਲ ਪੂਗਾ ਕੁਝ ਦਿਨ ਪਹਿਲਾਂ ਪਗੰਦ ਮਾਨ ਜੀ ਨੇ ਕਿਹਾ ਸੀ ਕਿ ਚੰਨੀ ਜੋ ਨੇ ਉਹ ਇੱਥੋਂ ਆਣ ਤੂਰੀ ਤੋਂ ਜਿਹੜਾ ਇਲੈਕਸ਼ਨ ਲੜਨ ਮੇਰੇ ਖਿਲਾਫ ਹੁਣ ਉਹ ਦੋ ਸੀਟਾਂ ਤੋਂ ਚੋਣ ਲੜ ਰਹੇ ਨੇ ਤੂਰੀ ਤੇ ਉਹਨਾਂ ਨੇ ਜਦੋਂ ਸੱਦਾ ਵੀ ਦਿੱਤਾ ਗਿਆ ਸਾਨੂੰ ਕੀ ਲੱਗਦਾ ਭਦੌੜ ਕਿਉਂ ਗਏ ਤੂਰੀ ਕਿਉਂ ਨਹੀਂ ਆਏ ਪਹਿਲੀ ਗੱਲ ਤਾਂ ਜੇ ਉਹਨਾਂ ਨੂੰ ਉੱਥੇ ਚਮਕੌਰ ਸਾਹਿਬ ਤੋਂ ਹਾਰ ਰਹੇ ਹੋਣਗੇ ਤਾਂ ਹੀ ਆਏ ਨੇ ਭਦੌੜ ਤੇ ਭਦੌੜ ਇੱਕ ਆਮ ਕਰਦੇ ਆਮ ਕਰਦੇ ਗਰੀਬ ਬਿਲਕੁਲ ਮਜ਼ਦੂਰ ਪਰਿਵਾਰ ਚੋਂ ਜੰਮੇ ਹੋਏ ਮੁੰਡੇ ਨਾਲ ਉਹਦੀ ਟੱਕਰ ਹੈ ਚੰਨੀ ਸਾਹਿਬ ਦੀ ਹੁਣ ਦੇਖਦੇ ਆ ਲੋਕ ਕਿਹਨੂੰ ਜਿਤਾਉਂਦੇ ਨੇ ਲੋਕ ਮੁੱਖ ਮੰਤਰੀ ਨੂੰ ਜਿਤਾਉਂਦੇ ਨਹੀਂ ਜਾਂ ਲੋਕ ਉਹਨੂੰ ਆਮ ਜਿਹੜਾ ਉਹਨਾਂ ਦੇ ਦੁੱਖਾਂ ਸੁੱਖਾਂ 'ਚ ਖੜਦਾ ਰਹੇ ਉਹਨੂੰ ਜਿਤਾਉਂਦੇ ਨੇ ਤੇ ਇੱਕ ਸਵਾਲ ਇਹ ਵੀ ਕਿ ਤੁਸੀਂ ਆਪਣੇ ਭਰਾ ਲਈ ਪ੍ਰਚਾਰ ਕਰ ਰਹੇ ਹੋ ਦਮ ਭਰ ਰਹੇ ਹੋ ਜਿੱਤ ਦਾ ਦਮ ਭਰ ਰਹੇ ਹੋ ਕਿ ਤੁਸੀਂ ਖੁਦ ਵੀ ਸਿਆਸਤ ਦੇ ਵਿੱਚ ਨਿਤਰ ਸਕਦੇ ਹੋ ਨਹੀਂ ਹਾਲੇ ਤੱਕ ਕੋਈ ਇਦਾਂ ਦਾ ਇਰਾਦਾ ਨਹੀਂ ਹੈਗਾ ਜੀ ਕਿਉਂਕਿ ਜਰੂਰੀ ਨਹੀਂ ਹੁੰਦਾ ਵੀ ਆਪਾਂ ਸਿਆਸਤ ਚ ਆ ਕੇ ਕੰਮ ਕਰ ਸਕਦੇ ਆ ਪਰ ਅਸੀਂ ਵੈਸੇ ਵੀ ਕੰਮ ਕਰ ਸਕਦੇ ਆ ਮੈਂ ਤਾਂ ਹੁਣ ਹੁਣ ਤਾਂ 8 ਸਾਲ ਹੋ ਗਏ ਮੇਰੇ ਭਰਾ ਨੂੰ ਐਮਪੀ ਬਣੇ ਨੂੰ ਮੈਂ ਤਾਂ ਆਪਣੀ ਪ੍ਰਾਈਵੇਟ ਸਕੂਲ 'ਚ ਮੈਂ ਤਾਂ ਜੌਬ ਕਰ ਰਹੀ ਆ ਤੇ ਬਹੁਤ ਵਧੀਆ ਚੱਲ ਰਿਹਾ ਹੈ ਬਾਕੀ ਕੱਲ ਨੂੰ ਕੀ ਹੋਣਾ ਉਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਤੇ ਪਰ ਹਾਲੇ ਤੱਕ ਇਦਾਂ ਦਾ ਕੋਈ ਸਾਡਾ ਇਰਾਦਾ ਨਹੀਂ ਇੱਕ ਸਵਾਲ ਇਹ ਵੀ ਕਿ ਕੀ ਬਚਪਨ ਤੋਂ ਹੀ ਭਗਵੰਤ ਮਾਨ ਚਾਹੁੰਦੇ ਸੀ ਕਹਿੰਦੇ ਹੁੰਦੇ ਸੀ ਕਿ ਵੀ ਮੈਂ ਲੀਡਰ ਬੰਨਾ ਹੈ ਜਾਂ ਕੁਝ ਮੁੱਖ ਮੰਤਰੀ ਬੰਨਾ ਹੈ ਐਸਾ ਕੋਈ ਸੁਪਨਾ ਸੀ ਉਹਨਾਂ ਦਾ ਕੋਈ ਨਹੀਂ ਸੁਪਨਾ ਕੁਝ ਨਹੀਂ ਸੀ ਜੀ ਪਰ ਇਹ ਹੁੰਦਾ ਸੀਗਾ ਮਤਲਬ ਜਿਹੜਾ ਉਹਨਾਂ ਦਾ ਸਟਾਇਰ ਦਾ ਜਿਹੜਾ ਰਹਿਗਾ ਹੁਣ ਤੱਕ ਕੰਟੈਂਟ ਔਰ ਰਿਸ਼ਵਤਖੋਰੀ ਤੇ ਗਰੀਬੀ ਤੇ ਜਿਹੜੀ ਲੁੱਟਖਸੁੱਟ ਤੇ ਜਾਂ ਮਾੜੀ ਰਾਜਨੀਤੀ ਤੇ ਹੀ ਰਿਹਾ ਹੈਗਾ ਸੋ ਉਦੋਂ ਇਹ ਹੁੰਦਾ ਸੀਗਾ ਵੀ ਉਹਨਾਂ ਕੋਲ ਕੋਈ ਪਾਵਰ ਨਹੀਂ ਹੁੰਦੀ ਸੀ ਉਹ ਲੋਕਾਂ ਨੂੰ 5-10 ਮਿੰਟ ਲਈ ਹਸਾ ਸਕਦੇ ਸੀ ਪਰ ਉਹਨਾਂ ਦਾ ਦੁੱਖ ਦੂਰ ਨਹੀਂ ਕਰ ਸਕਦੇ ਸੀ ਸੋ ਪਾਵਰ ਚ ਆ ਕੇ ਐਮਪੀ ਬਣ ਕੇ ਜਿੰਨਾ ਉਹਨਾਂ ਤੋਂ ਹੋ ਸਕਿਆ ਮਤਲਬ ਸਾਰੇ ਪੰਜਾਬ ਚੋਂ ਪੂਰੇ ਚੋਂ ਜਿੱਥੋਂ ਵੀ ਕਿਸੇ ਨੂੰ ਕੋਈ ਲੋੜ ਪੈਂਦੀ ਸੀ ਕੋਈ ਇਹਨਾਂ ਨੂੰ ਆਵਾਜ਼ ਦਿੰਦਾ ਸੀ ਕਿ ਸਾਡੀ ਮਦਦ ਕਰੋ ਉਹ ਉਹਨਾਂ ਨੇ ਅੱਗੇ ਹੋ ਕੇ ਕੀਤੀ ਹੈ ਤੇ ਦੱਸ ਤਾਂ ਵੀ ਜੇ ਇੱਕ ਪੋਲੀਟੀਕਲ ਲੀਡਰ ਈਮਾਨਦਾਰੀ ਨਾਲ ਕੰਮ ਕਰੇ ਤਾਂ ਲੋਕ ਉਹਦਾ ਵੀ ਫੁੱਲਾਂ ਨਾਲ ਸਵਾਗਤ ਕਰਦੇ ਨੇ ਸੋ ਇਹ ਜਿਹੜਾ ਸਾਡਾ ਸਵਾਗਤ ਹੋ ਰਿਹਾ ਇਹ ਸਾਡੀ ਇਹੀ ਕਮਾਈ ਹੈ ਨੀ ਦਲਵੀਰ ਗੋਲਡੀ ਕਹਿ ਰਹੇ ਸੀ ਕਿ ਵੀ ਭਗਵੰਤ ਮਾਨ ਤੇ ਜਾਂਦੇ ਨੇ ਤੇ ਨਾ ਕਿਸਨ ਦੇ ਗੋਡੀ ਹੱਥ ਲਾਉਂਦੇ ਨੇ ਨਾ ਕਿਸਨ ਨੂੰ ਹੱਥ ਜੋੜਦੇ ਨੇ ਪਰ ਉਹ ਇਸ ਤਰ੍ਹਾਂ ਕਰ ਰਹੇ ਸੀ ਤੇ ਇਸ ਤਰ੍ਹਾਂ ਦੇ ਜਿਹੜੇ ਤੰਜ ਜਿਹੇ ਸਵਾਲ ਜਿਹੜੇ ਖੜੇ ਕੀਤੇ ਜਾਂਦੇ ਨੇ ਉਹਨਾਂ ਨੂੰ ਕਿਵੇਂ ਦਿੱਖਦੇ ਉਹ ਲੋਕ ਦੱਸ ਦੇਣਗੇ ਜੀ ਪਿੰਡਾਂ ਚ ਲੋਕ ਪਿੰਡਾਂ ਚ ਕਿਉਂ ਨਹੀਂ ਆ ਰਹੇ ਹੈਗੇ ਗੋਲਡੀ ਸਾਹਿਬ ਉਹਨਾਂ ਨੂੰ ਪਤਾ ਹੀ ਹੈ ਵੀ ਭਾਈ ਪਿੰਡਾਂ ਚ ਹੋਣਾ ਕੀ ਹੈ ਕਿਉਂਕਿ ਲੋਕ ਹੁਣ ਸਿਆਣੇ ਬਹੁਤ ਹੋ ਗਏ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਲੁੱਟ ਹੋ ਰਹੀ ਹੈ ਸਾਡਾ ਜਿਹੜਾ ਟੈਕਸ ਦਾ ਪੈਸਾ ਹੈ ਉਹ ਕਿਵੇਂ ਇਹਨਾਂ ਲੀਡਰਾਂ ਨੇ ਹੁਣ ਤੱਕ ਲੁੱਟਿਆ ਤੇ ਕਿਵੇਂ ਇਹਨਾਂ ਦੇ ਏਡੇ ਏਡੇ ਮਹਿਲ ਮਨਾਰੇ ਬਣ ਗਏ ਨੇ ਕਿ ਹੁਣ ਲੋਕ ਬਦਲਾ ਚਾਹੁੰਦੇ ਨੇ ਉਹ ਕਹਿੰਦੇ ਨੇ ਇੱਕ ਮੌਕਾ ਅਸੀਂ ਜ਼ਰੂਰ ਦਵਾਂਗੇ ਹਾਂ ਤੈਂ ਅਰ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਇਸਨ ਭਗਵੰਤ ਮਾਨ ਦੇ ਭੈਣ ਮਨਪ੍ਰੀਤ ਕੌਰ ਜੋ ਪ੍ਰਚਾਰ ਕਰ ਰਹੇ ਨੇ ਆਪਣੇ ਭਰਾ ਦੇ ਲਈ ਦਮ ਪਰ ਰਹੇ ਨੇ ਕਿ ਜੇਕਰ ਇੱਕ ਮੌਕਾ ਮਿਲਿਆ ਤਾਂ ਉਹ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਹੱਲ ਕਰ ਦੇਣਗੇ ਉਹਨਾਂ ਦਾ ਸਵਾਰ ਦੇਣਗੇ ਜਿਹੜਾ ਭੂਵੇਖ ਹੈ ਅਜਿਹੇ ਦਾਅਵੇ ਖੂਬ ਹੋ ਰਹੇ ਨੇ ਭਗਵੰਤ ਮਾਨ ਨੇ ਜੋ ਤੂਰੀ ਤੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀਐਮ ਫੇਸ ਵੀ ਨੇ ਤੇ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਸਿਟਿੰਗ ਜਿਹੜੇ ਐਮਐਲਏ ਨੇ ਦਲਵੀਰ ਗੋਲਡੀ ਉਹਨਾਂ ਦੇ ਨਾਲ ਹੈ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਉਂਦੇ ਰਾਵਾਂਗੇ ਸਿਆਸਾ ਦਾਨਾਂ ਦੇ ਨਾਲ ਉਮੀਦਵਾਰਾਂ ਦੇ ਨਾਲ ਹਲਕਾ-ਦਰ ਹਲਕਾ ਜਾ ਕੇ ਇਸੇ ਨਾਲ ਮੈਨੂੰ ਦਿਓ ਇਜਾਜ਼ਤ ਪਰ ਤੁਸੀਂ ਦੇਖਦੇ ਰਹੋ এবੀਪੀ ਸੰਜਾ এবੀਪੀ ਸੰਜਾ ਜੋਸ਼ ਜਜ਼ਬਾ ਜੁਨੂੰ